आपका बंदा गाड़ियों में डंडे मार छोड़ दे बस इधर आते हैं हम जाएंगे नहीं हम कहीं जाएंगे जी ये जो गाड़ी जाते हैं इसके पीछे तू जब वहां तो आ रहा किसी का कुछ कहीं कहां का कहीं गाड़ी सर हमें तो रुकना है नहीं बस यहां से आगे हां जी सर श्री अकाल जी स्वागत है तुम्हारा एक नए ब्लॉग ਦੇ ਵਿੱਚ ਅੱਜ ਖੜੇ ਹਾਂ ਜੀ ਆਪਾਂ ਗੁਲਮਾਰਗ ਤੇ ਰਾਤ ਨੂੰ ਆਪਾਂ ਇੱਥੇ ਪਹੁੰਚ ਗਏ ਸੀਗੇ ਤੇ ਪਿਛਲੇ ਵਾਲੇ ਬਲੌਗ ਤੁਸੀਂ ਦੇਖ ਹੀ ਲਿਆ ਹੋਣਾ ਨਹੀਂ ਦੇਖਿਆ ਤਾਂ ਪਿਛਲਾ ਬਲੌਗ ਜਾ ਕੇ ਤੁਸੀਂ ਚੈੱਕ ਕਰ ਲਓ ਤੇ ਬੜਾ ਕੈਂਟ ਬਲੌਗ ਸੀਗਾ ਉਹ ਤੇ ਆਪਾਂ ਹੈਗੇ ਜੀ ਇਸ ਟਾਈਮ ਗੁਲਮਾਰਗ ਇੱਥੇ ਗੰਡੋਲਾ ਰਾਈਡਸ ਜਾਂਦੀਆਂ ਨੇ ਉੱਪਰ ਫੇਸ 1 ਫੇਸ 2 ਤੱਕ ਪਰ ਉਹ 5 ਦਿਨ ਲਈ ਹੋ ਗਈ ਬੰਦ ਆ ਕੋਈ ਟੈਕਨੀਕਲ ਫਾਲਟ ਆ ਗਿਆ ਤੇ ਵੈਸੇ ਠੰਡ ਬਹੁਤ ਆ ਯਾਰ ਇੱਥੇ ਰਾਤੀ ਬਹੁਤ ਠੰਡ ਸੀਗੀ ਤੇ ਦਿਨੇ ਵੀ ਵੈਸੇ ਠੰਡ ਫੀਲ ਹੁੰਦੀ ਆ ਤੇ ਜਿੱਦਾਂ ਸ਼੍ਰੀਨਗਰ ਗਰਮੀ ਆ ਹੋਰ ਜਿੱਦਾਂ ਜਿਹੜੇ ਲੈਂਡ ਵਾਲੇ ਏਰੀਏ ਆ ਉੱਥੇ ਗਰਮੀ ਆ ਇੱਥੇ ਗੁਲਮਾਰਗ ਠੰਡ ਆ ਔਰ ਬਹੁਤ ਐਕਸਪੈਂਸਿਵ ਆ ਗੁਲਮਾਰਗ ਬਾਕੀਆਂ ਨਾਲੋਂ ਤੇ ਆਪਾਂ ਠਹਿਰੇ ਸੀਗੇ ਜੀ ਇਸ ਹੋਟਲ ਦੇ ਵਿੱਚ ਤੇ ਵੈਸੇ ਤਾਂ ਕਾਫੀ ਐਕਸਪੈਂਸਿਵ ਸਾਨੂੰ ਵਧੀਆ ਚੀਪੈਸਟ ਰੂਮ ਮਿਲ ਗਿਆ ਸੀ ਇੱਥੇ ਤੇ ਜਦੋਂ ਤੁਸੀਂ ਆਓ ਇੱਥੇ ਤੇ 4 ਵਜੇ ਤੋਂ ਰਸਤੇ ਬੰਦ ਆ 4 ਵਜੇ ਤੋਂ ਬਾਅਦ ਤੁਹਾਨੂੰ ਕਿਤੇ ਆਉਣ ਜਾਣ ਨਹੀਂ ਦਿੰਦੇ ਸੋ ਗੁਲਮਾਰਗ ਪਹੁੰਚਣਾ ਆ ਤੁਸੀਂ ਸ਼੍ਰੀਨਗਰ ਤੋਂ ਤੇ ਟਾਈਮ ਦੇ ਨਾਲ ਹੀ ਤੁਸੀਂ ਸ਼੍ਰੀਨਗਰ ਤੋਂ ਤੁਰੋ ਗੁਲਮਾਰਗ ਲਈ ਚਾਹੇ ਸੋਨਮਾਰਗ ਚਾਹੇ ਪਹਿਲਗਾਮ ਟਾਈਮ ਦੇ ਨਾਲ ਹੀ ਉਹ ਤੋਂ ਬਾਅਦ ਰੋਡ ਬੰਦ ਕਰਦੇ ਤੁਹਾਨੂੰ ਵੇਟ ਕਰ ਕਰਕੇ ਜਾਣਾ ਪੈਂਦਾ ਆ ਸੋ ਇਹੋ ਜਿਹੀ ਗੱਲਬਾਤ ਆ ਚਲੋ ਚੱਲਦੇ ਹਾਂ ਅੱਜ ਘੁੰਮਾਂਗੇ ਗੁਲਮਾਰਗ ਨਾਲੇ ਤੁਹਾਨੂੰ ਵੀ ਘੁੰਮਾਵਾਂਗੇ ਤੇ ਇਹਦੇ ਵਿੱਚ ਦੱਸਦੇ ਆ ਕਿ ਨਵੰਬਰ ਦਸੰਬਰ ਦੇ ਵਿੱਚ ਨਾ ਉਹ ਜਿੱਥੇ ਪਿੰਕ ਕਲਰ ਦੀ ਪੱਟੀ ਹੈ ਨਾ ਕਹਿੰਦੇ ਇਹ ਸਾਰੀ ਬਰਫ਼ ਨਾਲ ਢੱਕ ਜਾਂਦੀ ਆ ਇੰਨੀ ਬਰਫ਼ ਹੁੰਦੀ ਆ ਇੱਥੇ ਆ ਜਿਹੜੀ ਥੱਲੇ ਆ ਨਾ ਤੇ ਕਹਿੰਦੇ ਸਿਰਫ ਸਾਡਾ ਉਹ ਦੂਜਾ ਦਰਵਾਜ਼ਾ ਹੀ ਖੁੱਲ੍ਹਾ ਹੁੰਦਾ ਬਾਕੀ ਸਾਰਾ ਬੰਦ ਹੁੰਦਾ ਇਹ ਅਤੇ ਜਿੰਨੀਆਂ ਇਹਦੇ 'ਚ ਖਾਈਆਂ ਜਿਹੀਆਂ ਜਿੱਦਾਂ ਤਾਂ ਚਲੋ ਪਹਾੜ ਆ ਗਏ ਨਾ ਜਿੰਨੀਆਂ ਖਾਈ ਜਿੱਦਾਂ ਲੈਂਡ ਆ ਜਿੱਦਾਂ ਪੂਰਾ ਬਰਫ਼ ਨਾਲ ਢੱਕਿਆ ਹੁੰਦਾ ਪੂਰਾ ਰਸਤਾ ਹੀ ਸਿਰਫ ਸਾਫ਼ ਕੀਤਾ ਹੁੰਦਾ ਗੌਰਮੈਂਟ ਕਰਦੀ ਆ ਅਤੇ ਇਹ ਮੈਨੂੰ ਆਰਮੀ ਬੇਸ ਲੱਗਦਾ ਆ ਆਹ ਵਾਲਾ ਅਤੇ ਇੱਧਰ ਵੀ ਆਰਮੀ ਬੇਸ ਸੀਗਾ ਅਤੇ ਤਕੜੀ ਗੱਲਬਾਤ ਆ ਆਪਾਂ ਉੱਪਰ ਚੱਲਦੇ ਹਾਂ ਦੇਖਦੇ ਹਾਂ ਉੱਤੇ ਕੀ ਆ ਗੱਲਬਾਤ ਕੈਂਸਲ ਅਤੇ ਆਹ ਹੱਟ ਨਹੀਂ ਵੀ ਆ ਉਹ ਹੋਟਲ ਹੋਰ ਵੀ ਉੱਪਰ ਕਾਫੀ ਹੈਗੇ ਆ ਉਹਦਾ ਤਾਂ ਅਤੇ ਪੰਜਾਬ ਦੀਆਂ ਕਾਫੀ ਗੱਡੀਆਂ ਆਈਆਂ ਹੋਈਆਂ ਵੀ ਪੰਜਾਬ ਦੀ ਗੱਡੀ ਆ ਇਹ ਤਾਂ ਚੈੱਕ ਕਰੋ ਯਾਰ ਇੱਥੇ ਕਿਤੇ ਟੈਂਟ ਟੁੰਟ ਲਾਇਆ ਹੋਵੇ ਨਜ਼ਾਰੇਦਾਰ ਮਾਹੌਲ ਆ ਨਹੀਂ ਗੱਲ ਤਾਂ ਨਹੀਂ ਮਿੱਕਾ ਉਹ ਕੀ ਹੁੰਦਾ ਇਹ ਮਾਈਕ ਨੂੰ ਮਾਈਕ ਨੂੰ ਕਹਿੰਦੀ ਆ ਮਾਈਕ ਨੂੰ ਮੇਰੀ ਗੱਲ ਸੁਣੋ ਤੁਸੀਂ ਬਰਫ਼ ਦੇਖਣੀ ਸਨੋਅ ਦੇਖਣੀ ਬਫ਼ ਦੇਖਣੀ ਉਗੂ ਸੋਹਣੇ ਬਣਿਆ ਬਣਿਆ ਸਕਾਟ ਕਿਤੇ ਲਈ ਬਾਬੂ ਉਹਦੀ ਬਾਰੀ ਆ ਗਈ ਫਿਰ ਅੱਜ ਸਵੇਰੇ ਬ੍ਰੇਕਫਾਸਟ ਦੇ ਚਾਹ ਦੀ ਲੇਵਲ ਲੈਵਲ ਨਹੀਂ ਇੱਥੇ ਸਹੀ ਉੱਪਰ ਚੱਲਦੇ ਹਾਂ ਇੱਥੇ ਆਹ ਸ਼ਾਮੇ ਸਹੀ ਇੱਥੇ ਆਹ ਲਓ ਜੀ ਇੱਥੇ ਬਣੂਗਾ ਜੰਗਲ 'ਚ ਮੰਗਲ ਸੈਟਿੰਗ ਨਹੀਂ ਆ ਰਿਹਾ ਲਓ ਜੀ ਪੀਓ ਚਾਵਾਂ ਕਸ਼ਮੀਰੀ ਬਣ ਗਏ ਕਸ਼ਮੀਰੀ ਗੱਲ ਚੱਲ ਲਾਸਟ ਵਾਹੀ ਰੇੜੀ ਦੁੱਧ ਪਾਤਾ ਨਹੀਂ ਨਹੀਂ ਪਿੱਛੇ ਹੋ ਜਾ ਬਾਬੂ ਗਮ ਬਹੁਤ ਆ ਗਮ ਹੁੰਦੀ ਤਾਂ ਬਸ ਕਰ ਬਸ ਕਰ ਉਹ ਨਾਨੀ ਲਾਉਂਦੇ ਪਏ ਹਵਾ ਦਾ ਦੂਰ ਕਰਕੇ ਆਉਣਾ ਪਿਆ ਇੱਥੇ ਵਧੀਆ ਸੀ ਮਾਹੌਲ ਉੱਥੇ ਵਧੀਆ ਸੀਗਾ ਗੱਲ ਇੱਥੋਂ ਥੱਲੇ ਆ ਗਿਆ ਸੀਗਾ ਉੱਧਰ ਦੀ ਆਉਣਾ ਤੁਸੀਂ
ਚਲਾ ਜਾ ਸਮਾਨ ਫੜਾਓ, ਸਮਾਨ ਸਮਾਨ ਰੱਖੀਏ ਨਾ। ਨਹੀਂ ਕਰਾ ਰਹੀਆਂ ਫੋਟੋ। ਘੋੜਾ ਆ ਗਿਆ, ਘੋੜਾ ਹੋਰਸ ਆ ਗਿਆ ਜੀ। ਨਹੀਂ ਕੋਈ ਬਾਤ ਨਹੀਂ, ਇਹ ਉੱਥੇ ਤੱਕ ਜਾਣ ਦੇ ਮੰਗਦੇ ਆ 1000 ਰੁਪਈਆ, ਮਹਿੰਗਾ ਕੰਮ ਆ ਵੀ। ਇਹ 'ਚ ਬੜੀ ਪਾਵਰ ਆਈ ਆ, ਪਹਾੜ ਚੜ੍ਹੀ ਜਾਂਦੀ ਆ ਇਹ। ਕੀ ਕਹਿੰਦੇ ਉੱਤੇ, ਉੱਥੋਂ ਆਇਆ ਵਾਪਸ। ਆਜੋ ਆਜੋ ਕਹੀਦਾ, ਆਜੋ। ਇੱਦਾਂ ਤੁਹਾਨੂੰ ਮੈਦਾਨੀ ਪਹਾੜ ਮਿਲੂਗੇ। ਹਿਮਾਚਲ ਨਾਲੋਂ ਕਸ਼ਮੀਰ ਵਿੱਚ ਇਸ ਚੀਜ਼ ਦੇ ਵਿੱਚ ਫਰਕ ਆ ਕਿ ਦੇਖੋ ਇੱਥੇ ਪਹਾੜ ਦੇਖੋ ਕਿੰਨੇ ਘੈਂਟ ਆ, ਜ਼ਬਰਦਸਤ ਪਹਾੜ ਆ ਨਾ ਵੀ। ਸਿੱਧੇ ਆ ਤੁਸੀਂ ਚੜ੍ਹ ਵੀ ਸਕਦੇ ਆ, ਜਿੱਦਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹ ਸਿੱਧੇ ਕਾਲੇ ਜਿਹੇ ਪਹਾੜ ਹੁੰਦੇ ਆ, ਇੱਥੇ ਇਹ ਚੀਜ਼ ਨਹੀਂ ਆ। ਇੱਥੇ ਦੇਖੋ ਕਿੰਨੀ ਬਿਊਟੀ ਆ, ਬਹੁਤ ਤਕੜੀ ਗੱਲਬਾਤ ਆ ਯਾਰ। ਉਹ ਬਾਈ ਹੋਣੀ ਪੰਜਾਬ ਤੋਂ, ਅਤੇ ਟੈਕਸੀ ਕਰਾ ਕੇ ਮੋਸਟਲੀ ਲੋਕ ਆਉਂਦੇ ਆ, ਪਰ ਆਪਣੀ ਗੱਡੀ ਵੀ ਆ ਜਾਂਦੀ ਹੈ ਇੱਥੇ, ਕਿਉਂਕਿ ਜਦੋਂ ਤੁਸੀਂ ਗੁਲਮਾਰਗ ਐਂਟਰ ਕਰਦੇ ਆ ਅਤੇ ਉੱਥੇ ਤੁਹਾਨੂੰ ਸਾਰੇ ਇਹੀ ਕਹਿੰਦੇ ਆ ਕਿ ਅੱਗੇ ਜਾ ਨਹੀਂ ਸਕਦੇ, ATV ਲਓ, ਗੱਡੀ ਲਓ, ਫਿਰ ਤੁਸੀਂ ਜਾ ਸਕਦੇ ਆ। ਪਰ ਇੱਦਾਂ ਦੀ ਕੋਈ ਗੱਲ ਨਹੀਂ, ਤੁਸੀਂ 2-wheeler ਅਲਟੋ ਤੱਕ, ਇੱਥੇ ਅਲਟੋ ਬਹੁਤ ਕਾਮਯਾਬ ਆ, ਕੋਈ ਵੀ ਗੱਡੀ ਤੁਸੀਂ ਲੈ ਕੇ ਆ ਸਕਦੇ ਆ, ਕਿਉਂਕਿ ਲੇਹ ਲਦਾਖ ਵੱਲ ਉੱਥੇ ਤੁਸੀਂ ਸਡਾਨ ਗੱਡੀ ਨਹੀਂ ਲੈ ਕੇ ਜਾ ਸਕਦੇ, ਪਰ ਇਸ ਏਰੀਏ 'ਚ ਤੁਸੀਂ ਘੁੰਮ ਸਕਦੇ ਆ, ਕੋਈ ਚੱਕਰ ਵਾਲੀ ਗੱਲਬਾਤ ਨਹੀਂ ਹੈਗੀ। ਅਗਰ ਤੁਸੀਂ ਗੁਲਮਾਰਗ ਆਓ ਤਾਂ ਇਹ ਲਾਸਟ ਏਰੀਏ 'ਚ ਜ਼ਰੂਰ ਆਓ, ਕਿਉਂਕਿ ਉੱਥੋਂ ਨਿਕਲ ਕੇ ਚਿਲਡਰਨ ਪਾਰਕ ਆਉਂਦੀ ਆ, ਚਿਲਡਰਨ ਪਾਰਕ ਤੋਂ ਅੱਗੇ ਆਉਂਦਾ ਜੀ ਗੁਲਮਾਰਗ ਦਾ ਇਹ ਵਾਲਾ ਹਿੱਸਾ, ਜੋ ਕਿ ਲਾਜਵਾਬ ਆ, ਅਲਟੀਮੇਟ ਆ, ਜਿੱਥੇ ਕਿ ਕੋਈ ਵੀ ਤੁਹਾਨੂੰ ਰੌਲਾ ਰੱਪਾ ਨਹੀਂ, ਬਹੁਤ ਹੀ ਸ਼ਾਂਤੀ ਨਾਲ ਇੱਥੇ ਕੈਂਪ ਕੁੰਪ ਲੱਗੇ ਹੋਏ, ਬੜੇ ਜ਼ਬਰਦਸਤ ਗੱਲਬਾਤ ਆ ਵੀ। ਅਤੇ ਉਹ ਪਿੱਛੇ ਆ ਜਾਂਦਾ ਆਰਮੀ ਬੇਸ, ਅਤੇ ਇੱਥੇ ਬਹੁਤ ਵਧੀਆ ਧੁੱਪ ਭਾਵਾਂ ਚੜ੍ਹੀ ਹੈ, ਪਰ ਹਵਾ ਬਹੁਤ ਠੰਡੀ ਆ, ਪੂਰਾ ਨਜ਼ਾਰੇਦਾਰ ਮਾਹੌਲ ਆ। ਅਤੇ ਇੱਥੇ ਦੇਖਿਓ ਪਹਾੜ ਕਿੰਨੇ ਟੌਪ ਦੇ ਆ। ਬਾਬੂ ਇੱਧਰ ਆ ਜਾ। ਲਓ ਜੀ ਹੁਣ ਤੁਹਾਨੂੰ ਦਿਖਾਵਾਂਗੇ ਡਰੋਨ ਤੋਂ ਵਿਊ। ਹੋਮ ਪੁਆਇੰਟ ਅਪਡੇਟ ਹੋ ਗਿਆ, ਅਤੇ ਅਗਲੀ ਵੀਡੀਓ ਤੁਸੀਂ ਦੇਖੋਗੇ ਡਰੋਨ ਤੋਂ ਗੁਲਮਾਰਗ ਦਾ ਸਭ ਤੋਂ ਘੈਂਟ ਵਿਊ।
ਲੋ ਜੀ, ਲੋਕੀ ਖਿਚਾਉਂਦੇ ਆ ਇੱਥੇ ਫੋਟੋਆਂ ਗੁਲਮਾਰਗ। ਗੁਲਮਾਰਗ ਕੁਛ ਇੱਥੋਂ ਦਾ ਐਵੇਂ ਦਾ ਦਿਖਦਾ ਆ, ਅਤੇ ਇੱਧਰੋਂ ਜਾਂਦੇ ਆ ਜੀ, ਇੱਧਰ ਮਹਾਰਾਜਾ ਹੀਰਾ ਸਿੰਘ ਜੀ ਦਾ ਪੈਲਸ ਆ, ਅਤੇ ਇੱਧਰ ਜਾਂਦੇ ਆ, ਇੱਧਰ ਗੰਡੋਲੇ ਵੱਲ ਜਾਂਦੇ ਆ, ਉੱਥੋਂ ਜਾਂਦੇ ਆ ਗੰਡੋਲਾ ਉੱਪਰ, ਉਹ ਬੰਦ ਆ 5 ਦਿਨ ਲਈ ਅੱਜ ਕੱਲ੍ਹ। ਅਤੇ ਆਹ ਰੋਡ ਪਹਿਲਾਂ ਕਾਫੀ ਜਾਮ ਹੁੰਦਾ ਸੀਗਾ, ਹੁਣ ਖੁੱਲ੍ਹ ਗਿਆ। ਅੱਜ ਹੈਗਾ ਜੀ ਮੰਡੇ, ਅਤੇ ਦੇਖੋ ਕਿੰਨੀ ਸੋਹਣੀ ਗਰਾਊਂਡ ਆ ਯਾਰ, ਐਂ ਮਨ ਖੁਸ਼ ਹੋ ਜਾਂਦਾ ਇੱਥੇ ਆ ਕੇ। ਪਰ ਇਸ ਟਾਈਮ ਧੁੱਪ ਧੁੱਪ ਜ਼ਿਆਦਾ ਆ ਅਤੇ ਗਰਮੀ ਲੱਗਦੀ ਆ ਉੱਦਾਂ, ਅਤੇ ਉੱਦਾਂ ਗਰਮੀ ਫੀਲ ਨਹੀਂ ਹੁੰਦੀ, ਉੱਦਾਂ ਲੱਗਦੀ ਆ ਥੋੜ੍ਹੀ ਥੋੜ੍ਹੀ, ਜਿੱਦਾਂ ਕਿ ਲਾ ਲਓ ਕਿ ਧੁੱਪ ਆ ਇਹਨਾਂ ਦਿਨਾਂ 'ਚ, ਗਰਮੀ ਥੋੜ੍ਹੀ ਜਿਹੀ ਹੈਗੀ ਆ ਫੀਲ ਹੁੰਦੀ ਆ, ਪਰ ਰਾਤ ਨੂੰ ਬਹੁਤ ਠੰਡ ਹੁੰਦੀ ਆ ਬਾਈ। ਰਾਤ ਨੂੰ ਤੁਹਾਨੂੰ ਕੰਬਲ ਲੈ ਕੇ ਐਨ ਦਰਵਾਜ਼ੇ 'ਚ ਬੰਦ ਕਰਕੇ ਸੋਣਾ ਪੈਂਦਾ। ਅਤੇ ਆਹ ਜਿਹੜੇ ਹਾਰਸ ਰਾਈਡ ਇੱਥੋਂ ਚੱਲਦੀ ਆ, ਤਕੜੀ ਗੱਲਬਾਤ ਆ ਬਾਈ। ਇਹ ਵਿੱਚ ਮੈਂ ਕੀ ਲਗਾਇਆ ਹੋਇਆ ਇਸਕੇ ਵਿੱਚ ਹੈ, ਕਰੀਮ ਲਗਾਤੇ, ਠੀਕ ਹੈ, ਪਿੰਡ ਦਾ ਵਿਚਾਰ ਤਾਂ ਬਣਿਆ, ਗਲਾਸ ਦੇਖਣ ਨੂੰ ਮਿਲੇ ਨਹੀਂ ਤਾਂ ਕੱਪ ਦੇ, ਉਹਦੇ ਵਿੱਚ ਪੀਣ ਨੂੰ ਮਜ਼ਾ ਨਹੀਂ ਆਉਂਦਾ, ਕੱਚ ਦੇ ਗਲਾਸਾਂ 'ਚ ਮਜ਼ਾ ਆਉਂਦਾ। ਭਈਆ 2 ਕੱਪ ਕੌਫੀ, ਤੇਜ਼ ਮਿੱਠਾ ਥੋੜ੍ਹਾ ਤੇਜ਼। ਇਹਦੇ ਇੱਧਰ ਯਾਰ ਇੱਕ ਹੋਰ ਬੜੀ ਘੈਂਟ ਪਾਰਕ ਸਾਹਮਣੇ ਉੱਥੇ, ਉਹ ਵੀ ਆਪਾਂ ਦੇਖਾਂਗੇ ਹੁਣ। ਚਲੋ ਕੈਟੀ ਕਿੱਥੇ, ਉਹ ਪਰਸ਼ੀਅਨ ਕੈਟ, ਉਹ ਵਾਓ ਰਜ਼ੋਈ ਕਿੰਨੀ ਸੋਹਣੀ ਕੈਟ। ਰਜ਼ੋਈ ਹਾਏ ਕਰਦੇ, ਓ ਵਾਓ, ਲੋ ਵੀ ਬੜੀਆਂ ਘੈਂਟ ਘੈਂਟ ਗੱਡੀਆਂ ਰੱਖਦੇ ਆ ਇੱਥੇ, ਰੇਂਜਰਸ ਸਰ। ਗਾੜੀ ਕਹਾਂ ਪੇ ਲਗਾਏ, ਕਹਾਂ ਪੇ ਲਗਾਏ ਗਾੜੀ, ਬੇਸ ਕੱਪ ਪੇ, ਬੇਸ ਕੱਪ ਇਧਰ ਪੰਥਰ ਚੌਕ ਮੈਂ ਬਹੁਤ ਅੜਿਆ ਹੈ, ਉਧਰ ਉਧਰ ਟ੍ਰੈਫਿਕ ਇਤਨੀ ਹੈ, ਉਧਰ ਕਰੋ ਗਾੜੀ, ਸਰ ਇਹ ਪੰਥਰ ਚੌਕ ਆ 2 ਕਿਲੋਮੀਟਰ, ਸਰ ਇਹ ਤਾਂ ਮਾਰੇ ਵੀ ਗਾੜੀ ਦੇ ਕੇ ਹਮਾਰੇ ਆ ਗਿਆ, ਹਮਕੋ ਪਾਸ ਵਾਪ ਕਾ ਬੰਦਾ ਗਾੜੀਆਂ ਕੇ ਡੰਡੇ ਮਾਰ, ਹਮੇ ਪਾਸ ਛੋੜ ਦੇ, ਬਸ ਇਧਰ ਆ ਜਾਂਦੇ ਹਮ, ਹਮ ਜਾਏਂਗੇ ਨਹੀਂ, ਹਮ ਕਹੀਂ ਜਾਏਂਗੇ, ਜੋ ਕੋ ਬੇੜਾ ਜੋ ਜੋ ਗਾੜੀਆਂ ਜਾ ਕੇ ਕਿਸੇ ਕੋਲ ਜਾ, ਵਹਾਂ ਤਾਂ ਆ ਰਹਾ ਹਾਂ, ਕਿਤੇ ਕਾ ਕੋ ਕਿਤੇ ਕਹਾਂ ਕਾ ਕਹੀਂਗਾ ਜੀ, ਸਰ ਹਮੇ ਤਾਂ ਰੁਕਣਾ ਹੈ ਨਹੀਂ, ਬਸ ਹੋ ਗਿਆ, ਸਰ ਜੀ ਆ ਗਏ ਉਧਰ, ਸੋ ਰਸਤਾ ਇੱਕ ਸਰ, ਰੀਜ਼ਨ ਕੀ ਹੈ, ਉਸੇ ਰੋਕ ਕੇ ਰੀਜ਼ਨ ਕੀ ਹੈ, 3 ਵਜੇ ਕੇ ਬਾਅਦ ਕੋਈ ਅਲਾਉਡ ਨਹੀਂ ਹੈ ਟੂਰਿਸਟ, ਯਾ ਉਧਰ ਜਾਣ ਕੇ ਲਈ ਕਿਤੇ ਵੀ ਥੋੜੇ ਜੇ ਯਾਤਰਾ ਯਹਾਂ ਸੇ ਜਾ, ਸਰ ਕੋਈ ਹੋਰ ਰਸਤਾ ਜਾਤਾ ਹੈ, ਨਹੀਂ ਕੋਈ ਰਸਤਾ, ਕੋਈ ਇਧਰ ਸੇ ਜਾਣਾ, ਯਹਾਂ ਤੋਂ ਇੱਕ ਹੋਰ ਰਸਤਾ ਉਧਰ ਸੇ, ਲੇਕਿਨ ਉਹ ਵੀ ਬੰਦ ਹੈ, ਕੋਈ ਰਸਤਾ ਅਗੇ ਨਹੀਂ ਜਾ ਸਕਦਾ, ਉਹ ਕਹਿ ਰਹੇ ਕਿ 6 ਵਜੇ ਛੁੱਟੇਗੇ, ਸਵੇਰ 6 ਵਜੇ, ਸਵੇਰ 6 ਵਜੇ ਸਰ, ਸਵੇਰ ਤੱਕ ਹਮ ਕਹਾਂ ਰਹੇਂਗੇ, ਬੱਚੋਂ ਕੇ ਸਾਥ ਕਹਾਂ ਰਹੇਂਗੇ, ਇਧਰ ਕੋਈ ਖਾਣੇ ਕਾ ਹਮਾਰਾ ਜੁਗਾੜ, ਕੋਈ ਕਹੋ ਲਗਾ ਦੋ, ਹਾਂ ਇਧਰ ਨਾ ਬੇਸ ਕੰਬ ਬਣਾ ਹੈ ਨਾ, ਖਾਣ ਤੋਂ ਮੈਂ ਸਰ ਸਰ ਕਹਾਂ ਕਹਾਂ ਪਰ ਬੇਸ ਕੰਬ, ਇਹ ਆ ਸਰ ਹਮੇ ਬਾਹਰ ਛੋੜ ਦੇ ਰਹਾ ਹੂੰ, ਹਾਂ ਜਾਵਾਂ ਫਿਰ ਮੈਂ, ਮੇਰੀ ਫਿਰ ਗੱਲ ਬਣਨੀ, ਮੈਨੂੰ ਜਾਣਾ ਬੜਾ ਲੱਗਦਾ ਭਾਈ, ਬਣਾਈ ਡੰਡਾ ਜੇ ਗਾੜੀ ਤੇਰੀ, ਮੈਨੂੰ ਭੱਜੇ ਹੋਣਾ ਮੈਂ ਇੱਧਰ ਬਾਰੀ।